ਹਾਂਜੀ ਤੋਸਟੋ ਆਯੁਰਵੇਦਕ ਨੂੰ ਖਤਮ ਕਰਨਾ ਤੇ ਅੰਗਰੇਜ਼ੀ ਦਵਾਈਆਂ ਨੂੰ ਬੜਾਵਾ ਦੇਣਾ ਇਹ ਦੇਸ਼ ਦੀ ਬੰਦ ਸਮੇਂ ਜੋ ਬ੍ਰਿਟਨ ਨਾਲ ਸਮਝੌਤਾ ਹੋਇਆ ਸੀ ਬਹੁਤ ਹੀ ਘੱਟ ਲੋਕ ਜਾਣਦੇ ਆ ਪਰ ਮੋਦੀ ਸਰਕਾਰ ਇਸੀ ਗੱਲ ਤੇ ਚੱਲ ਰਹੀ ਆ ਤੁਸੀਂ ਦੇਖਿਆ ਹੋਣਾ ਕਿ ਬਾਰ ਬਾਰ ਵਿਦੇਸ਼ੀ ਦੌਰੇ ਹੋ ਰਹੇ ਆ ਉੱਥੇ ਕੁਝ ਲੈ ਕੇ ਨਹੀਂ ਆ ਰਹੇ ਬਲਕਿ ਜਿਹੜੇ ਪੁਰਾਣੇ ਸਮਝੌਤੇ ਹੋਏ ਆ ਉਹਨਾਂ ਨੂੰ ਸਰਜੀਤ ਕਰ ਰਹੇ ਕੁਝ ਕੁ ਡਾਕਟਰਾਂ ਦੀ ਸਹਾਇਤਾ ਨਾਲ ਆਯੁਰਵੈਦਿਕ ਦੇ ਖਿਲਾਫ ਪ੍ਰਚਾਰ ਕਰਵਾ ਕੇ ਮਰੀਜ਼ਾਂ ਦੇ ਮਨਾਂ ਵਿੱਚ ਖੋਫ ਪੈਦਾ ਕੀਤਾ ਜਾ ਰਿਹਾ ਹੈ। ਡੇਕ, ਕਿਕਰ, ਨੈਮ, ਬੋੜ ਤੇ ਹੋਰ ਪ੍ਰਾਣੀਆਂ ਜੜੀ ਬੂਟੀਆਂ ਨੂੰ ਖਤਮ ਕਰਕੇ ਹਾਈਬ੍ਰਿਡ ਲੈਵਲ ਦੇ ਬੂਟੇ ਤਿਆਰ ਕਰਕੇ ਦੇਸੀ ਚੀਜ਼ਾਂ ਨੂੰ ਦੀ ਸਮਰਥਾ ਨੂੰ ਘਟਾਇਆ ਜਾ ਰਿਹਾ ਆ। ਜੋ ਆਯੁਰਵੈਦਿਕ ਦੇ ਖਿਲਾਫ ਡਾਕਟਰ ਪ੍ਰਚਾਰ ਕਰ ਰਹੇ ਹਨ। ਮੇਰਾ ਸਵਾਲ ਮੇਰਾ ਸਵਾਲ ਉਹਨਾਂ ਨੂੰ ਹੈ ਕਿ thyroid, sugar, blood pressure ਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਲਈ ਤੇ ਫੇ ਸਾਰੀ ਉਮਰ ਜਿਹੜੀ ਆ ਉਹ ਦਵਾਈ ਕਿਉਂ ਖਾਣੀ ਪੈਂਦੀ ਆ ਆਯੁਰਵੈਦਿਕ ਦੇ ਵਿੱਚ ਤਾਂ ਇਹੋ ਜਿਹੀ ਕੋਈ ਚੀਜ਼ ਨਹੀਂ ਤੇ ਨਾ ਆਯੁਰਵੈਦਿਕ ਦਾ ਨੁਕਸਾਨ ਹੈ ਤੇ ਦੇਸੀ ਦਵਾਈ ਦਾ 0% ਨੁਕਸਾਨ ਨਹੀਂ ਹੁੰਦਾ ਹੈ ਜਿਹੜੇ ਡਾਕਟਰ ਇਹ ਗਲਤ ਪ੍ਰਚਾਰ ਕਰ ਰਹੇ ਆ ਕਿ ਉਹ ਇਸ ਗੱਲ ਦਾ ਜਵਾਬ ਦੇ ਸਕਦੇ ਹੈਗੇ ਆ ਸੋ ਬਚਨ ਦੀ ਲੋੜ ਆ ਇਹਨਾਂ ਕੋਲੋਂ ਇਹ ਜਿਹੜਾ ਇਹ ਸਮਝੌਤਾ ਹੋਇਆ ਆ ਬ੍ਰਿਟਨ ਰਾਜ ਦੇ ਸਮੇਂ ਦੇ ਵਿੱਚ ਉਸ ਨੂੰ ਪੂਰਾ ਕਰ ਰਹੇ ਹੈਗੇ ਆ ਇਸ ਕਰਕੇ ਕੁਝ ਕੁ ਡਾਕਟਰਾਂ ਦੇ ਕੋਲੋਂ ਇਹੋ ਜਿਹਾ ਪ੍ਰਚਾਰ ਕਰਾਇਆ ਜਾਂਦਾ ਆ ਜੋ ਮਰੀਜ਼ਾਂ ਦੇ ਮਨਾਂ ਦੇ ਵਿੱਚ ਘਰ ਘਰ ਜਾਵੇ ਦੇਸੀ ਹਰ ਚੀਜ਼ ਨੂੰ ਖਤਮ ਕੀਤਾ ਜਾ ਰਿਹਾ ਆ ਤੇ ਅੰਗਰੇਜ਼ੀ ਚੀਜ਼ਾਂ ਨੂੰ ਜਿਹੜਾ ਆ ਕਿ ਸਾਡੇ ਇੰਡੀਆ ਦੇ ਵਿੱਚ ਲਿਆਂਦਾ ਜਾ ਰਿਹਾ ਹੈਗਾ ਇਸ ਕਰਕੇ ਜਦੋਂ ਵੇਦਾਂ ਦੇ ਵਿੱਚ ਵੀ ਇੱਕ ਵੇਦ ਆਯੁਰਵੇਦ ਕਿਹਾ ਜਦੋਂ ਭਗਵਾਨ ਲਕਸ਼ਮਣ ਜੀ ਮੂਰਛਤ ਹੋਏ ਸੀ ਉਸ ਵਕਤ ਵੀ ਸਜੀਵਨੀ ਬੂਟੀ ਦੀ ਲੋੜ ਪਈ ਸੀ ਉਸ ਵਕਤ ਕਿੱਥੇ ਗਏ ਸੀ ਕਹਿਣ ਦਾ ਭਾਵ ਕੱਲ ਦੇ ਜੰਮੇ ਹੋਏ ਪੁਰਾਣੇ ਇਤਿਹਾਸ ਨੂੰ ਚੈਲੰਜ ਕਰ ਰਹੇ ਆ ਇੱਕ ਵਾਰ ਤੇ ਕਾਮਯਾਬ ਹੋ ਸਕਦਾ ਆ ਪਰ ਉਸ ਤੋਂ ਬਾਅਦ ਦੇ ਵਿੱਚ ਆਯੁਰਵੈਦਿਕ ਜਿਹੜਾ ਆ ਉਹ ਵੱਡੇ ਪੱਧਰ ਦੇ ਉੱਪਰ ਉੱਠੇਗਾ ਅੱਜ ਵੀ ਆਯੁਰਵੈਦ ਦੀ ਲੋੜ ਪੈਂਦੀ ਆ ਜਦੋਂ ਐਲੋਪੈਥਿਕ ਕੰਮ ਨਹੀਂ ਕਰਦੀ ਸੋ ਇਹੋ ਜਿਹੇ ਪ੍ਰਚਾਰਾਂ ਤੋਂ ਸੁਚੇਤ ਰਹੋ